ਸੱਜੇ ਕਾਲ ਜੀ ਸਾਰਿਆਂ ਨੂੰ ਫਰੈਂਡਸ ਇਹ ਹੈ ਜੀ ਆਪਣਾ ਕੈਨੇਡਾ ਵਾਲੇ ਆਰਡਰ ਦਾ ਦੂਸਰਾ ਸੂਟ ਇਹਦੀ ਆਪਾਂ ਸਟੀਚਿੰਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਰਾ ਵਿੱਚ ਬੈਕ ਟੈਕ ਤੇ ਡਿਜ਼ਾਈਨ ਪਾਇਆ ਆ ਤੇ ਜਿਹੜੀ ਬਾਹਾਂ ਬਣਾਈਆਂ ਥੋੜੀ ਜਿਹੀ ਖੁੱਲੀ ਪਾਕਿਸਤਾਨੀ ਸਟਾਈਲ ਦੀ 슬ੀਵ ਆਪਾਂ ਬਣਾਈਆਂ ਤੇ ਚਲੋ ਫਰੈਂਡ ਸ਼ੁਰੂ ਕਰ ਲੈਣੇ ਆ ਇਹਦੀ ਸਟੀਚਿੰਗ ਅੱਤੋਂ ਪਹਿਲਾਂ ਆਪਣੀ ਬਾਹ ਤਿਆਰ ਕਰਨੀ ਆ ਠੀਕ ਹੈ ਦੇਖੋ ਇਹ 슬ੀਵ ਮੇ ਕਟਿੰਗ ਕਰਕੇ ਰੱਖੀ ਹੋਈ ਆ ਪਾਕਿਸਤਾਨੀ 슬ੀਵ ਮਤਲਬ ਜਿਹੜੀ ਬੈਲ ਬਟਨ 슬ੀਵ ਹੁੰਦੀ ਆ ਉਹ ਮੈਂ ਕਟਿੰਗ ਕੀਤੀ ਆ ਤੇ ਇਹਨੂੰ ਆਪਾਂ ਦੇਖੋ ਇਹਦੇ ਉੱਤੇ ਆਪਾਂ ਲੇਸ ਯੂਜ਼ ਕਰਨੀ ਆ ਲੇਸ ਦੀ ਸਿੱਧੀ ਸਾਈਡ ਜਿਹੜੀ ਆ ਨੀਚੇ ਨੂੰ ਰੱਖਣੀ ਆ ਸਿੱਧੇ ਸਾਈਡ ਨੂੰ ਤੇ ਇਹਨੂੰ ਉੱਪਰ ਦੇਖੋ ਇਦਾਂ ਕੱਪੜਾ ਫੋਲਡ ਕਰਕੇ ਤੇ ਇਹਦੇ ਉੱਤੇ ਆਪਾਂ ਇੱਕ ਸਲਾਈ ਲਗਾ ਲਾਂਗੇ ਇੱਕ ਸਲਾਈ ਦੇ ਵਿੱਚ ਹੀ ਆਪਾਂ ਇਹਨੂੰ ਜੋੜ ਲਾਂਗੇ ਇਦਾਂ ਤੇ ਬੜੇ ਆਰਾਮ ਨਾਲ ਇਹ ਜਿਹੜੀ ਆ ਜਿਹੜੀ ਲੇਸ ਆ ਅਟੈਚ ਹੋ ਜਾਂਦੀ ਆ ਠੀਕ ਹੈ ਗੋਮ ਪਾਈਪਿੰਗ ਵਾਂਗੂ ਆਪਾਂ ਇਹ ਹਨਿਆ ਗਾਇਸ ਕਰਕੇ ਆਪਾਂ ਇੱਕ ਸਲਾਈਡ ਦੇ ਵਿੱਚ ਇਹਨੂੰ ਬੜੇ ਆਰਾਮ ਨਾਲ ਲਗਾ ਸਕਦੇ ਹਾਂ ਸੇਮ ਤਰੀਕੇ ਦੇ ਨਾਲ ਹੀ ਮੈਂ ਚਾਕਾਂ ਦੇ ਵਿੱਚ ਵੀ ਜਿਹੜੀ ਲੈਂਸ ਲਗਾਈ ਸੀ ਠੀਕ ਆ ਇਹ ਲੈਂਸ ਲੱਗ ਗਈ ਹੁਣ ਆਪਾਂ ਕੀ ਕਰਨਾ ਹੈ ਕੱਪੜੇ ਨੂੰ ਇਦਾਂ ਫੋਲਡ ਕਰਾਂਗੇ ਪੁੱਠੀ ਸਾਈਡ ਨੂੰ ਵੱਡਾ ਬਖਾ ਕਰਕੇ ਇੱਥੇ ਆਪਾਂ ਕੱਚਾ ਕਰ ਲਾਂਗੇ ਤੇ ਫਰੈਂਡਸ ਇਹ ਕਢਾਈ ਦੇ ਵਿੱਚ ਵੀ ਕੋਈ ਮੋਤੀ ਵਗੈਰਾ ਕੁਝ ਨਹੀਂ ਸੀ ਇਸ ਕਰਕੇ ਮੈਂ ਮਸ਼ੀਨ ਦੇ ਨਾਲ ਹੀ ਇਹਨੂੰ ਕੱਚਾ ਕਰ ਲਿਆ ਆ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਾਂਗੇ ਔਰ ਆਪਣੀ ਫਿਟਿੰਗ ਦੇ ਅਕੋਰਡਿੰਗ ਇੱਥੇ ਸਲਾਈ ਲਗਾ ਲਾਂਗੇ ਇਹ ਜਿਹੜੀ ਬਾਹ ਹੁੰਦੀ ਹੈ ਇਹਦੀ ਜਿਹੜੀ ਮੋਰੀ ਥ ਤੇ ਪਾਈ ਹੋਈ ਬਹੁਤ ਹੀ ਸੋਹਣੀ ਲੱਗਦੀ ਹੈ ਕਮੀਜ਼ ਦੀ ਲੁੱਕ ਬਿਲਕੁਲ ਪਾਕਿਸਤਾਨੀ ਕਮੀਜ਼ ਵਾਂਗੂ ਹੋ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਆਪਣਾ ਕਮੀਜ਼ ਲੈਣਾ ਹੈ ਕਮੀਜ਼ ਦੀ ਆਪਾਂ ਸਭ ਤੋਂ ਪਹਿਲਾਂ ਗਲਾ ਬਣਾਵਾਂਗੇ ਤੇ ਦੇਖੋ ਫਰੈਂਡਸ ਇਹ ਸਾਰੇ ਸੂਟ ਨੂੰ ਮੈਂ ਕੱਚਾ ਕਰ ਲਿਆ ਹੋਇਆ ਹੈ ਪੂਰੇ ਸੂਟ ਨੂੰ ਸੂਈ ਧਾਗੇ ਨਾਲ ਕੱਚਾ ਕਰ ਲਿਆ ਆ ਇਸ ਤੋਂ ਬਾਅਦ ਫਰੈਂਡਸ ਆਪਾਂ ਇਹਦਾ ਗਲਾ ਤਿਆਰ ਕਰਨਾ ਹੈ ਦੇਖੋ ਤੁਹਾਨੂੰ ਮੈਂ ਕਟਿੰਗ ਵੇਲੇ ਦੱਸਿਆ ਸੀ ਕਿ ਇਹਦੇ ਕਢਾਈ ਵਿੱਚ ਥੋੜਾ ਜਿਹਾ ਫਰਕ ਹੈ ਇੱਕ ਸਾਈਡ ਤੇ ਕਢਾਈ ਜ਼ਿਆਦਾ ਹੈ ਇੱਕ ਸਾਈਡ ਤੇ ਘੱਟ ਹੈ ਮੈਂ ਬਿਲਕੁਲ ਦੂਜੀ ਸਾਈਡ ਨਾਲ ਮੈਚ ਕਰਕੇ ਇੱਥੇ ਕਪੜਾ ਵਾਧ ਰੱਖ ਲਿਆ ਸੀ ਜੇ ਸੀ ਇਸ ਕਰਕੇ ਮੈਂ ਉੱਪਰ ਨੂੰ ਵਧਾ ਕੇ 1 ਇੰਚ ਤੇ ਇਹ ਦੂਜੀ ਸਾਈਡ ਤੋਂ ਰੱਖ ਲਿਆ ਆ ਔਰ ਇਹ ਗਲਾ ਆਪਣਾ 6 ਇੰਚ ਤਿਆਰ ਆਪਾਂ ਰੱਖਣਾ ਆ 7 ਇੰਚ ਕਪੜਾ ਆ ਠੀਕ ਹੈ ਤੇ ਦੇਖੋ ਆਪਾਂ ਕੀ ਕਰਨਾ ਆ ਹੁਣ ਦੇਖੋ ਇੱਥੋਂ ਇਸ ਵਾਰ ਆਪਾਂ ਦੇਖੋ 1 1 ਇੰਚ ਦੇ ਹਿਸਾਬ ਨਾਲ ਇੱਥੇ ਨਿਸ਼ਾਨ ਲਗਾ ਲੈਣੇ ਨੇ ਪੂਰੀ ਗਲਾਈ ਦੇ ਵਿੱਚ ਤੇ ਇਹ ਜਿਹੜਾ ਗਲਾ ਆਪਾਂ ਔਰੇਬਟਾ ਕੀ ਲੱਗ ਬਣਾਉਣਾ ਹੈ ਇਹਦੇ ਵਿੱਚ ਆਪਾਂ ਬੁਕਰਮ ਜਾਂ ਪੇਸਟਿੰਗ ਕੁਝ ਵੀ ਯੂਜ਼ ਨਹੀਂ ਕਰਨਾ ਤੇ ਦੇਖੋ ਫਰੈਂਡ ਜਿਹੜੇ ਇਸ ਤਰੀਕੇ ਦੇ ਸੂਟ ਹੁੰਦੇ ਆ ਕਢਾਈ ਉੱਚੀ ਨਹੀਂ ਹੁੰਦੀ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਸਕਦੇ ਆ ਜਾਂ ਫਿਰ ਜਿਹੜਾ ਘੱਟ ਸਾਈਜ਼ ਸੀਗੀ ਉੱਥੋਂ ਆਪਾਂ ਇਹਨੂੰ ਗਲੇ ਨੂੰ ਘਟਾ ਵੀ ਸਕਦੇ ਸੀ ਪਰ ਆਪਾਂ ਇਹਨੂੰ ਘਟਾਇਆ ਇਸ ਕਰਕੇ ਨਹੀਂ ਆ ਕਿਉਂਕਿ ਆਪਣੀ ਲੈਂਥ ਘਟਦੀ ਸੀ ਕਮੀਜ਼ ਦੀ ਇਸ ਕਰਕੇ ਮੈਂ ਜਿਹੜੀ ਜਿਹੜੀ ਸਾਈਡ ਤੇ ਕਢਾਈ ਜ਼ਿਆਦਾ ਸੀ ਮੈਂ ਉਹਦੇ ਨਾਲ ਮੇਚ ਕਪੜਾ ਵਧ ਰੱਖ ਲਿਆ ਉੱਪਰ ਸਲਾਈ ਦੇ ਵਿੱਚ ਆ ਜਾਣਾ ਆ ਉਹ ਜਦੋਂ ਆਪਾਂ ਉੱਤੇ ਚੁੰਨੀ ਲਾਵਾਂਗੇ ਤੇ ਬਿਲਕੁਲ ਪਤਾ ਨਹੀਂ ਲੱਗਣਾ ਕੜਾਈ ਉੱਚੀ ਨਹੀਂ ਵੀ ਆ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹਦੀ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਕਪੜਾ ਲਿਆ ਇਹ ਲਾਈਨਿੰਗ ਦਾ ਤੇ ਮੈਂ ਹਮੇਸ਼ਾ ਜਿਹੜਾ ਲਾਈਨਿੰਗ ਦਾ ਕਪੜਾ ਯੂਜ਼ ਕਰਦੀ ਆਂ ਗਲਾ ਬਣਾਉਣ ਵਿੱਚ ਦੇਖੋ ਇਦਾਂ ਕਪੜਾ ਸੈੱਟ ਕਰਕੇ ਇੱਥੇ ਦੋਨੋਂ ਸਾਡਾ ਤੇ ਮੈਂ ਪਿੰਨਾ ਲਗਾ ਲਈਆਂ ਤੇ ਜਿਹੜਾ ਲਾਈਨਿੰਗ ਦਾ ਪੀਸ ਲਿਆ ਆ ਉਹ ਆਪਣੇ ਗਲੇ ਤੋਂ ਜ਼ਿਆਦਾ ਲੈਣਾ ਹੈ ਮਤਲਬ 3-4 ਇੰਚ ਵੱਧ ਲੈਣਾ ਹੈ ਦੋ ਦੋ-ਦੋ ਇੰਚ ਆਪਣਾ ਸਾਰੋ ਸਾਰੀਆਂ ਸਾਈਡਾਂ ਤੋਂ ਤਰਪਾਈ ਵਾਸਤੇ ਫੋਲਡ ਹੋਣ ਜਗ੍ਹਾ ਹੋਣਾ ਚਾਹੀਦਾ ਆ ਠੀਕ ਹੈ ਇਸਕਾ ਕੇਲ ਜਿਹੜਾ ਕਪੜਾ ਮੈਂ ਵਾਧ ਹੀ ਲੈਣੀ ਹੁੰਨੀ ਆ ਜਿਹੜਾ ਐਕਸਟਰਾ ਹੁੰਦਾ ਬਾਅਦ ਵਿੱਚ ਆਪ ਇੱਕ ਸਲਾਈ ਲਗਾ ਲਾਂਗੇ ਪੈਰ-ਪੈਰ ਦੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜਾ ਵਿੱਚ ਅੰਦਰ ਵਾਲਾ ਕੱਪੜਾ ਆ ਇਹ ਸਾਰੇ ਕੱਪੜੇ ਦੀ ਕਾਰ ਲੈਣੀ ਆ ਕਟਿੰਗ ਤੇ ਇਹਦੇ ਗਲੇ ਦੇ ਵਿੱਚ ਆਪਾਂ ਕੱਟ ਲਗਾ ਲੈਣੇ ਨੇ ਛੋਟੇ-ਛੋਟੇ ਕੱਟ ਲਗਾ ਲਾਂਗੇ ਤਾਂ ਕਿ ਗਲਾ ਪਲਟਣ ਲੱਗੇ ਆਪਾਂ ਨੂੰ ਮੁਸ਼ਕਲ ਨਾ ਹੋਵੇ ਤੇ ਇਹ ਗੋਲ ਗਲਾ ਆ ਇਸ ਕਰਕੇ ਫਰੈਂਡਸ ਆਪਾਂ ਨੂੰ ਕੱਟ ਲਗਾਉਣੇ ਬਹੁਤ ਜ਼ਰੂਰੀ ਆ ਕਟਲ ਗੋਨ ਤੋਂ ਬਾਅਦ ਹੁਣ ਆਪਾਂ ਕਮੀਜ਼ ਦੀ ਸਿੱਧੀ ਸਾਈਡ ਕਰ ਲਾਂਗੇ ਤੇ ਇਹ ਜਿਹੜੇ ਕੱਪੜੇ ਨੂੰ ਆਪਾਂ 2-2 ਇੰਚ ਛੱਡ ਕੇ ਬਾਕੀ ਜਿਹੜਾ ਐਕਸਟਰਾ ਕੱਪੜਾ ਦੀ ਕਟਿੰਗ ਕਰ ਦਾਂਗੇ ਤੇ ਫਿਰ 2 ਇੰਚ ਕੱਪੜਾ ਆਪਣਾ ਹੋਣਾ ਚਾਹੀਦਾ ਹੈ ਕਿਉਂਕਿ ਆਪਾਂ ਇੱਥੇ ਕੱਚਾ ਕਰਨਾ ਹੈ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹ ਕੱਪੜੇ ਨੂੰ ਆਪਾਂ ਅੰਦਰਨ ਫੋਲਡ ਕਰ ਦੇਣਾ ਹੈ ਪੁੱਠੀ ਸਾਈਡ ਨੂੰ ਤੇ ਫਿਰ ਜਿਹੜਾ ਆਪਾਂ ਲਾਈਨਿੰਗ ਵਾਲਾ ਕੱਪੜਾ ਗਲਿਆਂ ਤੇ ਲਗਾਉਣੇ ਆ ਉਹਦੇ ਨਾਲ ਇਹ ਹੁੰਦਾ ਹੈ ਕਿ ਆਪਣੇ ਜਿਹੜੇ ਗਲੇ ਅਗਲੇ ਬਹੁਤ ਜ਼ਿਆਦਾ ਸਫਾਈ ਨਾ ਬਣਦੇ ਠੀਕ ਹੈ ਦੇਖੋ ਹੁਣ ਮੈਂ ਇਹਨੂੰ ਇਸ ਤਰੀਕਾ ਨਾਲ ਫੁੱਕੀ ਸਾਈਡ ਨੂੰ ਕਰਕੇ ਤੇ ਸੂਈ ਧਾਗੇ ਨਾਲ ਇੱਥੇ ਕੱਚਾ ਕਰ ਲਾਂਗੀ ਤੇ ਫਰੈਂਡਸ ਇੱਥੇ ਜਿਹੜਾ ਕੱਚਾ ਤੁਸੀਂ ਕਰਨਾ ਹੈ ਸੂਈ ਧਾਗੇ ਨਾਲ ਕਰਿਆ ਕਰੋ ਜਿਹੜਾ ਗਲਿਆਂ ਦੇ ਉੱਤੇ ਆਪਾਂ ਕੱਚਾ ਕਰਨਾ ਹੁੰਦਾ ਆ ਉਹ ਮਸ਼ੀਨ ਦੇ ਨਾਲ ਜਿਹੜਾ ਵਧੀਆ ਨਹੀਂ ਲੱਗਦਾ ਔਰ ਅਗਰ ਆਪ ਤੁਸੀਂ ਔਰੇ ਵਟਾ ਕੀ ਲਗਾ ਰਹੇ ਹੋ ਫਿਰ ਤੇ ਬਿਲਕੁਲ ਤੁਸੀਂ ਮਸ਼ੀਨ ਦਾ ਯੂਜ਼ ਨਾ ਕਰਿਓ ਇੱਥੇ ਤੁਸੀਂ ਸੂਈ ਧਾਗੇ ਨਾਲ ਕੱਚਾ ਕਰਿਓ ਠੀਕ ਆ ਤੇ ਇਹ ਤੋਂ ਬਾਅਦ ਦੇਖੋ ਫਰੈਂਡਸ ਮੈਂ ਪੂਰੇ ਤੇਤਾ ਸੂਈ ਧਾਗੇ ਦੇ ਨਾਲ ਇੱਥੇ ਕੱਚਾ ਕਰ ਲਿਆ ਕੱਚਾ ਕਰਨ ਤੋਂ ਬਾਅਦ ਹੁਣ ਆਪਾਂ ਕਮੀਜ਼ ਦੇ ਪਲੇਟ ਪਾਉਣੇ ਨੇ ਠੀਕ ਹੈ ਦੇਖੋ ਪੂਰਾ ਆਪਣਾ ਕਮੀਜ਼ ਦਾ ਗਲਾ ਬਿਲਕੁਲ ਸੈੱਟ ਹੋ ਗਿਆ ਹੈ ਕਿੰਨਾ ਸੋਹਣਾ ਆਪਣਾ ਗਲਾ ਬਣ ਕੇ ਤਿਆਰ ਹੋਇਆ ਹੈ ਇਹ ਤੋਂ ਬਾਅਦ ਹੁਣ ਆਪਾਂ ਪਲੇਟ ਪਾਉਣੇ ਨੇ ਠੀਕ ਹੈ ਆਹ ਦੇਖੋ ਆਪਾਂ ਨਿਸ਼ਾਨੀਆਂ ਲਗਾਈਆਂ ਹੋਈਆਂ ਨੇ ਔਰ ਮੈਂ ਪਲੇਟਾਂ ਦੇ ਉੱਪਰ ਵੀ ਕੱਚਾ ਕੀਤਾ ਹੋਇਆ ਹੈ ਜਿੰਨੀ ਥਾਂ 'ਚ ਆਪਣੇ ਪਲੇਟ ਪਾਣੇ ਨੇ ਉੱਥੇ ਮੈਂ ਕੱਚੀ ਸਲਾਈ ਲਗਾਈ ਹੋਈ ਹੈ ਤਾਂ ਕਿ ਪਲੇਟ ਪਾਉਂਦੇ ਸਮੇਂ ਆਪਣਾ ਜਿਹੜਾ ਕੱਪੜਾ ਖਿਸਕ ਨਾ ਜਾਵੇ ਠੀਕ ਇਸ ਤੋਂ ਬਾਅਦ ਫਰੈਂਸ ਆਪਾਂ ਦੂਜੀ ਸਾਈਡ ਦਾ ਪਲੇਟ ਪਾਵਾਂਗੇ ਤੇ ਇਹ ਪਲੇਟ ਪਾਉਣ ਤੋਂ ਬਾਅਦ ਆਪਾਂ ਪਾਉਣੀਆਂ ਨਿਪਲੋਈਆਂ ਠੀਕ ਹੈ ਤੇ ਫਰੈਂਸ ਅਗਰ ਤੁਸੀਂ ਪ੍ਰੋਪਰ ਪਲੇਟਾਂ ਵਾਲੇ ਕੁਮੀਜ਼ ਦੀ ਕਟਿੰਗ ਤੇ ਸਟੀਚਿੰਗ ਦੇਖਣਾ ਚਾਹੁੰਦੇ ਹੋ ਉਹਦਾ ਲਿੰਕ ਮੈਂ ਉੱਪਰ ਆਈ ਬਟਨ ਤੇ ਦੇ ਦਾਂਗੀ ਡਿਸਕ੍ਰਿਪਸ਼ਨ ਚ ਵੀ ਲਿੰਕ ਦੇ ਦਾਂਗੀ ਉੱਥੋਂ ਤੁਸੀਂ ਚੈੱਕ ਕਰਕੇ ਪੂਰੇ ਪਲੇਟਾਂ ਦੀ ਕਟਾਈ ਤੇ ਸਲਾਈ ਦੇਖ ਸਕਦੇ ਹੋ ਕਿ ਕਿ ਆਪਾਂ ਪਲੇਟ ਕਿੰਨੇ ਕਿੰਚ ਤੇ ਰੱਖਣੇ ਨੇ ਕਿੰਨੇ ਕਿਸ ਤਰੀਕੇ ਨਾਲ ਪਾਉਣੇ ਨੇ ਕਿੰਨਾ ਗੈਪ ਰੱਖਣਾ ਹੈ ओके okay. एतू बाद हुन ਆਪਾਂ ਦੇਖੋ ਪੌਣੀਆਂ ਨੇ ਪਲੋਈਆਂ ਪਲੋਈਆਂ ਦੇ ਨਿਸ਼ਾਨ ਵੀ ਆਪਾਂ ਇਸ ਤਰੀਕੇ ਨਾਲ ਲਗਾ ਲਏ ਹੋਏ ਨੇ ਔਰ ਦੇਖੋ ਜਿਹੜਾ ਪਲੋਈ ਸ਼ੁਰੂ ਕਰਨੀ ਉਹਦਾ ਆਪਾਂ ਅੱਧਾ ਇੰਚ ਕਪੜਾ ਰੱਖਣਾ ਆ ਔਰ ਤੋਂ ਬਾਅਦ ਘਟਾਉਂਦੇ ਘਟਾਉਂਦੇ ਆਪਾਂ ਕਪੜਾ ਬਿਲਕੁਲ ਪੁਆਇੰਟ ਤੇ ਜਾ ਕੇ ਬਿਲਕੁਲ ਜ਼ੀਰੋ ਘਟਾ ਕਰ ਦੇਣਾ ਹੈ ਬਿਲਕੁਲ ਘਟਾ ਦੇਣਾ ਆ ਔਰ ਐਂਡ ਤੇ ਆਪਾਂ ਮਸ਼ੀਨ ਦਾ ਸਲਾਈ ਜਿਹੜੀ ਬਾਹਰ ਨੂੰ ਕੱਢ ਦੇਣੀ ਹੈ ਇਸ ਤਰ੍ਹਾਂ ਤੇ ਆਪਣੀ ਪਲੋਈ ਪੈ ਜਾਊਗੀ ਹੋਣ ਕੀ ਕਰਨਾ ਹੈ ਫਰੈਂਡਸ ਦੇਖੋ ਆਪਣਾ ਅਗਲੀ ਸਾਈਡ ਬਣ ਗਈ ਹੁਣ ਆਪਾਂ ਬੈਕ ਸਾਈਡ ਤਿਆਰ ਕਰਨੀ ਆ ਬੈਕ ਸਾਈਡ ਵਾਸਤੇ ਮੈਂ ਦੇਖੋ ਇੱਕ ਚਿਪਸ ਬੁਕਰਮ ਜਿਹੜੀ ਹੁੰਦੀ ਆ ਪੇਸਟਿੰਗ ਪੇਪਰ ਉਹ ਲੱਲੀ ਹੋਈ ਆ ਤੇ ਇਹਦੀ ਲੰਬਾਈ ਤੇ ਚੜਾਈ ਮੈਂ ਦੋਨੋਂ 11 11 ਇੰਚ ਰੱਖੀਆਂ ਨੇ ਦੇਖੋ ਇਹਦਾ ਗਲਾ ਮੈਂ 9 ਇੰਚ ਤਿਆਰ ਕਰਨਾ ਬਟ ਮੈਂ ਇਹਨੂੰ ਥੋੜਾ ਵੱਧ ਲਿਆ ਆ ਤਾਂ ਕਿ ਜਦੋਂ ਆਪਾਂ ਆਪਣੀ ਮਾਰਕਿੰਗ ਕਰੀਏ ਆਪਨ ਮੁਸ਼ਕਿਲ ਨਾ ਹੋਵੇ ਇਹ ਆਪਾਂ 1.5 ਇੰਚ ਵਾਧੇ ਲੈਣੀ ਆ ਆਪਣੀ ਜ਼ਰੂਰਤੋਂ ਵੱਧ ਆਪਾਂ ਇਹਨੂੰ ਲਾਵਾਂਗੇ ਔਰ ਇੱਥੇ ਦੇਖੋ ਮੈਂ ਦੋ ਪਿੰਨਾ ਲੈ ਲਈਆਂ ਨੇ ਇਹ ਨਾਲ ਕੀ ਹੋਏਗਾ ਕਿ ਇਹ ਖਿਸਕੇਗੀ ਨਹੀਂ ਔਰ ਹੁਣ ਆਪਾਂ ਇੱਥੇ ਆਪਣੇ ਗਲੇ ਦੀ ਕਟਿੰਗ ਕਰਾਂਗੇ 3 ਇੰਚ ਉੱਪਰੋਂ ਚੜਾਈ ਲਈ ਆ ਮੈਂ ਤੇ ਇਸ ਤੋਂ ਬਾਅਦ ਇਹਦੀ ਲੰਬਾਈ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਬਟ ਥੋੜਾ ਜਿਹਾ ਡੀਪ ਬਣਾਉਂਗੇ ਫੇਰ ਹੀ ਜ ਸੋਹਣਾ ਲੱਗਣਾ ਹੈ ਡਿਜ਼ਾਈਨ ਤੇ ਦੇਖੋ ਇੱਥੇ 9 ਇੰਚ ਤੇ ਮੈਂ ਇਹ ਨਿਸ਼ਾਨੀ ਲਗਾ ਲਈ ਔਰ ਇੱਥੇ ਵੀ ਮੈਂ 3 ਇੰਚ ਦਾ ਨਿਸ਼ਾਨ ਲਗਾ ਲੂੰਗੀ ਇਦਾਂ ਤੇ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਇੱਕ ਬਾਕਸ ਬਣਾ ਦਾਂਗੇ ਇਸ ਤਰੀਕੇ ਨਾਲ ਬਾਕਸ ਬਣਾਉਣ ਤੋਂ ਬਾਅਦ ਹੁਣ ਆਪਾਂ ਫਰੈਂਸ ਕੀ ਕਰਨਾ ਹੈ ਉੱਪਰੋਂ 4 ਇੰਚ ਤੇ ਨਿਸ਼ਾਨ ਲਗਾਉਣਾ ਹੈ ਇਹਨੇ ਤੋਂ 4 ਇੰਚ ਤੁਸੀਂ ਇੱਥੇ ਨਿਸ਼ਾਨ ਇਹ ਜਿਹੜਾ ਲਗਾ ਸਕਦੇ ਹੋ ਮੈਂ 4 ਇੰਚ ਤੇ ਨਿਸ਼ਾਨ ਲਗਾਇਆ 4 ਇੰਚ ਤੇ ਨਿਸ਼ਾਨ ਲਗਾ ਕੇ ਇੱਥੇ ਮੈਂ ਗੋਲ ਗਲੇ ਵਾਂਗੂ ਸ਼ੇਪ ਦੇ ਦਿੱਤੀ ਆ ਹੁਣ ਆਪਾਂ ਜਿਹੜੀ ਇਹ ਵਾਲੀ ਲਾਈਨ ਹੈ ਨੀਚੇ ਵਾਲੀ ਇਹਦੀ ਇਹਦਾ ਆਪਾਂ ਹਾਫ ਕਰ ਲੈਣਾ ਹੈ ਅੱਧ ਕਰ ਲੈਣਾ ਹੈ ਅੱਧ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਕੋਈ ਵੀ ਸ਼ੇਪ ਦੇ ਸਕਦੇ ਹਾਂ ਪੱਤੇ ਦੀ ਸ਼ੇਪ ਵੀ ਦੇ ਸਕਦੇ ਹਾਂ ਮੈਂ ਥੋੜੀ ਜੀ ਇੱਥੇ ਬਦਾਮ ਸ਼ੇਪ ਜਾਂ ਹੋਰ ਵੀ ਕੋਈ ਸ਼ੇਪ ਦੇ ਸਕਦੇ ਆ ਦੇਖੋ ਮੈਂ ਇੱਥੇ ਇਸ ਤਰੀਕੇ ਦੀ ਸ਼ੇਪ ਦਿੱਤੀ ਆ ਉੱਪਰੋਂ ਬਿਲਕੁਲ ਟਾਈਟ ਰੱਖਿਆ ਆ ਔਰ ਇੱਥੋਂ ਮੈਂ ਦਿੰਦੀ ਆ ਗਲਾਈ ਤੇ ਫਰੈਂਸ ਅਗਰ ਤੁਸੀਂ ਇਸ ਗਲੇ ਨੂੰ ਥੋੜਾ ਹੋਰ ਡੀਪ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਕੀ ਕਰਨਾ ਆ ਇਸ ਗਲੇ ਨੂੰ ਦੇਖੋ ਅੱਧਾ ਇੰਚ ਆ ਇਸ ਟ੍ਰਿਕ ਨਾਲ ਵਧਾ ਲੈਣਾ ਹੈ ਔਰ ਇੱਥੋਂ ਆਪਾਂ ਇਸ ਤਰ੍ਹਾਂ ਇਹਦੀ ਸ਼ੇਪ ਦੇ ਦੇਣੀ ਹੈ ਤੇ ਫਰੈਂਡਸ ਇਹਦੇ ਨਾਲ ਕੀ ਹੋਏਗਾ ਕਿ ਜੇ ਤੁਹਾਡਾ ਭਾਰਾ ਸਰੀਰ ਹੈ ਫਿਰ ਤੁਸੀਂ ਥੋੜਾ ਇਹਨੂੰ ਵਧਾ ਸਕਦੇ ਹੋ ਅਗਰ ਤੁਸੀਂ ਸਲੀਮ ਹੋ ਫਿਰ ਤੁਸੀਂ ਅੰਦਰ ਵਾਲੀ ਸਾਈਡ ਤੋਂ ਕਟਾਈ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ 1-1 ਇੰਚ ਕਪੜਾ ਇਦਾਂ ਵਾਧ ਰੱਖਣਾ ਹੈ ਬੁਕਰਮ ਤੇ ਪੂਰੇ ਤੇ ਆਪਾਂ ਮਾਰਕਿੰਗ ਕਰ ਦੇਣੀ ਹੈ 1 ਇੰਚ ਤੋਂ ਤੁਸੀਂ ਅਗਰ ਘੱਟ ਵੀ ਰੱਖੋਗੇ ਤਾਂ ਵੀ ਤੁਹਾਡਾ ਗਲਾ ਵਧੀਆ ਬਣ ਜਾਏਗਾ ਠੀਕ ਹੈ ਇਸ ਤਰੀਕੇ ਦੇ ਨਾਲ ਪੂਰੇ ਤੇ ਆਪਾਂ 1 1 ਇੰਚ ਦੀ ਇਦਾਂ ਮਾਰਕਿੰਗ ਕਰ ਦਾਂਗੇ ਮਾਰਕਿੰਗ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਇਹਦੀ ਆਪਾਂ ਕਰਨੀ ਆ ਕਟਾਈ ਠੀਕ ਹੈ ਪਹਿਲਾਂ ਆਪਾਂ ਬਾਹਰ ਵਾਲੀ ਸਾਈਡ ਤੋਂ ਕਟਿੰਗ ਕਰਾਂਗੇ ਔਰ ਬਾਅਦ ਵਿੱਚ ਆਪਾਂ ਅੰਦਰ ਵਾਲੀ ਸਾਈਡ ਤੋਂ ਕਟਿੰਗ ਕਰਾਂਗੇ ਇਸ ਤਰੀਕੇ ਦੇ ਨਾਲ ਤੇ ਫਰੈਂਸ ਮੈਂ ਥੋੜੀ ਵੀਡੀਓ ਇੱਥੇ ਤੇਜ਼ ਕੀਤੀ ਹੋਈ ਆ ਬਟ ਜਦੋਂ ਤੁਸੀਂ ਕਟਿੰਗ ਕਰੋਗੇ ਬਿਲਕੁਲ ਸਲੋ ਸਲੋ ਕਟਿੰਗ ਕਰਿਓ ਕਿਉਂਕਿ ਜਿਹੜਾ ਪੇਪਰ ਹੁੰਦਾ ਬੜੇ ਜਲਦੀ ਕੱਟਿਆ ਜਾਂਦਾ ਸੋ ਇਹ ਇਸ ਤਰੀਕੇ ਦੇ ਨਾਲ ਤੁਹਾਡਾ ਪੇਪਰ ਗਲਤ ਵੀ ਕੱਟਿਆ ਜਾ ਸਕਦਾ ਜੇ ਤੁਸੀਂ ਤੇਜ਼ ਕਟਿੰਗ ਕਰੋਗੇ ਸੋ ਇੱਥੇ ਤੁਸੀਂ ਕਟਿੰਗ ਜਿਹੜੀ ਕਰਨੀ ਆ ਸਲੋ ਸਲੋ ਕਰਨੀ ਆ ਹੌਲੀ ਹੌਲੀ ਤੇ ਦੇਖੋ ਫਰੈਂਡਸ ਇਸ ਤੋਂ ਬਾਅਦ ਮੈਂ ਇੱਥੇ ਵੀ ਕਟਿੰਗ ਕਰਦੀ ਹੋਈ ਆ ਔਰ ਜਿਹੜਾ ਨੈੱਕ ਦੀ ਫਰੰਟ ਸਾਈਡ ਦੇਖੋ ਇੱਥੇ ਇੱਥੇ ਵੀ ਉੱਪਰ ਵਾਲੀ ਸਾਈਡ ਤੇ ਵੀ ਕਟਿੰਗ ਕਰਦੀ ਹੋਈ ਆ ਇਸ ਤਰੀਕੇ ਨਾਲ ਤੇ ਇਹਦੀ ਸ਼ੇਪ ਕੁਝ ਇਸ ਤਰੀਕੇ ਦੀ ਆ ਗਈ ਹੈ ਹੁਣ ਆਪਾਂ ਕੀ ਕਰਨਾ ਆ ਕੱਪੜਾ ਲੈਣਾ ਸੂਟ ਦਾ ਮੈਚਿੰਗ ਤੇ ਉਹਦੇ ਉੱਤੇ ਆਪਾਂ ਇਹਨੂੰ ਪੇਸਟ ਕਰ ਲੈਣਾ ਆ ਮਤਲਬ ਇਹਨੂੰ ਪ੍ਰੈਸ ਦੇ ਨਾਲ ਆਪਾਂ ਇਹਦੇ ਉੱਪਰ ਚਿਪਕਾ ਲੈਣਾ ਇਦਾਂ ਚਿਪਕਾਉਣ ਤੋਂ ਬਾਅਦ ਹੁਣ ਆਪਾਂ ਕੀ ਦੇਖੋ ਪ੍ਰੈਸ ਨਾਲ ਚੰਗੀ ਤਰ੍ਹਾਂ ਚਿਪਕਾ ਲਿਆ ਚਿਪਕਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਥੇ ਆਪਾਂ 1-1 ਇੰਚ ਕਪੜਾ ਛੱਡਣਾ ਹੈ ਬਾਕੀ ਸਾਰੇ ਐਕਸਟਰਾ ਕਪੜੇ ਦੀ ਆਪਾਂ ਕਟਿੰਗ ਕਰ ਲੈਣੀ ਆ ਤੇ ਫਰੈਂਡਸ ਇੱਥੇ ਕਟਿੰਗ ਹੋ ਗਈ ਕਟਿੰਗ ਹੋਣ ਤੋਂ ਬਾਅਦ ਹੁਣ ਆਪਾਂ ਇੱਥੇ ਲਗਾਉਣੇ ਆ ਕੱਟ ਦੇਖੋ ਸਾਰੇ ਗਲੇ ਦੇ ਆਪਾਂ ਥੋੜ੍ਹੀ-ਥੋੜ੍ਹੀ ਜਗ੍ਹਾ ਛੱਡ ਕੇ 1-1 ਇੰਚ ਜਗ੍ਹਾ ਛੱਡ ਕੇ ਸਾਰੇ ਤੇ ਆਪਾਂ ਕੱਟ ਲਗਾ ਲੈਣੇ ਨੇ ਚੰਗੀ ਤਰ੍ਹਾਂ ਤੇ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਲੈਣੀ ਹੈ ਫੇਵਿਕੋਲ ਜਿਹੜੀ ਨਾਰਮਲ ਆਪਣੇ ਘਰਾਂ ਵਿੱਚ ਫੇਵਿਕੋਲ ਹੁੰਦੀ ਆ ਉਹੀ ਆਪਾਂ ਲਵਾਂਗੇ ਤੇ ਇਹਦੇ ਪੂਰੇ ਗਲੇ ਦੇ ਉੱਪਰ ਆਪਾਂ ਡਾਟ ਡਾਟ ਕਰਕੇ ਪੂਰੇ ਦੇ ਉੱਪਰ ਆਪਾਂ ਇਹ ਜਿਹੜੀ ਫੇਵਿਕੋਲ ਲਗਾ ਲਾਂਗੇ ਠੀਕ ਹੈ ਪੂਰੇ ਗਲੇ ਤੇ ਆਪਾਂ ਇਹਨੂੰ ਲਗਾਉਣ ਤੋਂ ਬਾਅਦ ਇਹ ਫੇਵਿਕੋਲ ਲਗਾਉਣ ਤੋਂ ਬਾਅਦ ਆਪਾਂ ਇੱਥੇ ਕੀ ਕਰਨਾ ਹੈ ਜਿਹੜਾ ਆਪਾਂ ਇਸ ਤਰੀਕੇ ਨਾਲ ਕੱਪੜਾ ਆ ਸਾਰੇ ਨੂੰ ਇਹਦੇ ਉੱਤੇ ਇਦਾਂ ਕਰਕੇ ਚਿਪਕਾ ਲੈਣਾ ਹੈ ਤੇ ਫਰੈਂਡਸ ਤੁਸੀਂ ਚਾਹੋ ਤੇ ਇੱਥੇ ਸਲਾਈ ਵੀ ਲਗਾ ਸਕਦੇ ਹੋ ਠੀਕ ਹੈ ਤੇ ਅਗਰ ਤੁਸੀਂ ਸਲਾਈ ਨਹੀਂ ਲਗਾਉਣਾ ਚਾਹੁੰਦੇ ਤੇ ਇੱਥੇ ਇਹ ਵਾਲੀ ਟ੍ਰਿਕ ਵੀ ਯੂਜ਼ ਕਰ ਸਕਦੇ ਹੋ ਇਹਦੇ ਨਾਲ ਇਹ ਹੁੰਦਾ ਹੈ ਕਿ ਥੋੜਾ ਜਲਦੀ ਹੋ ਜਾਂਦਾ ਹੈ ਸਲਾਈ ਲਗਾਉਣ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਕਿ ਆਪਣੇ ਕੱਪੜੇ ਚ ਭੋਂਗ ਪੈ ਜਾਂਦਾ ਆ ਸੋ ਇੱਥੇ ਆਪਾਂ ਫੇਵਿਕੋਲ ਦੀ ਯੂਜ਼ ਕਰ ਸਕਦੇ ਆ ਬੜੇ ਆਰਾਮ ਨਾਲ ਤੇ ਦੇਖੋ ਫਰੈਂਸ ਇਸ ਤਰੀਕੇ ਦੇ ਨਾਲ ਆਪਾਂ ਪੂਰੇ ਗਲੇ ਨੂੰ ਇਸ ਤਰੀਕੇ ਨਾਲ ਚਿਪਕਾ ਲਿਆ ਹੋਇਆ ਬੈਕ ਸਾਈਡ ਤੋਂ ਹੁਣ ਆਪਾਂ ਕੀ ਕਰਨਾ ਹੈ ਫਰੈਂਸ ਹੁਣ ਆਪਾਂ ਆਪਣੀ ਪ੍ਰੈਸ ਲਵਾਂਗੇ ਗਰਮ ਪ੍ਰੈਸ ਕਰਕੇ ਤੇ ਇਹਦੇ ਉੱਪਰ ਆਪਾਂ ਯੂਜ਼ ਕਰਾਂਗੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਆਪਾਂ ਫੇਵਿਕੋਲ ਲਗਾਈ ਹੈ ਬਿਲਕੁਲ ਉਹਦੇ ਨਾਲ ਹੀ ਅ ਇਹ ਜਿਹੜਾ ਕੱਪੜਾ ਬਿਲਕੁਲ ਖੁੱਲੇਗਾ ਨਹੀਂ ਔਰ ਬਿਲਕੁਲ ਸਫਾਈ ਦੇ ਵਿੱਚ ਫੋਲਡ ਹੋ ਜਾਏਗਾ। ਹੁਣ ਇਹ ਦੇਖੋ ਫਰੈਂਡਸ ਕਿੰਨੀ ਸਫਾਈ ਦੇ ਨਾਲ ਇਹ ਜਿਹੜਾ ਕੱਪੜਾ ਫੋਲਡ ਹੋ ਗਿਆ ਆ। ਹੁਣ ਆਪਾਂ ਕੀ ਕਰਨਾ ਐ ਐਕਸਟਰਾ ਕੱਪੜੇ ਦੀ ਕਟਿੰਗ ਕਰ ਲੈਣੀ ਆ। ਇਹ ਜਿਹੜਾ ਨੈਕ ਆਪਾਂ ਬਣਾਇਆ ਆ ਇਹ ਦਾ ਹੁਣ ਆਪਾਂ ਸੈਂਟਰ ਕਰ ਲੈਣਾ। ਇਦਾਂ ਬਿਲਕੁਲ ਬਰਾਬਰ-ਬਰਾਬਰ ਰੱਖ ਕੇ ਇੱਥੇ ਵੀ ਆਪਾਂ ਇੱਕ ਵਾਰੀ ਫੇਰ ਪ੍ਰੈਸ ਲਗਾ ਲਾਂਗੇ ਤਾਂ ਕਿ ਇਹਦੀ ਇੱਕ ਰੀਜ ਬਣ ਸਕੇ ਔਰ ਰੀਜ ਦੇ ਨਾਲ ਆਪਣੇ ਜਿਹੜੇ ਗਲੇ ਦਾ ਸੈਂਟਰ ਹੋ ਜਾਏਗਾ। ਤੇ ਦੇਖੋ ਸੈਂਟਰ ਕਰਨ ਤੋਂ ਬਾਅਦ ਹੁਣ ਆਪਾਂ ਮਾਰਕਰ ਦੇ ਨਾਲ ਇੱਥੇ ਮਾਰਕਿੰਗ ਕਰਨੀ ਆ। ਇਹ ਤੇ ਮਾਰਕਿੰਗ ਕਰਨ ਤੋਂ ਬਾਅਦ ਹੁਣ ਆਪਾਂ ਆਪਣਾ ਸੂਟ ਲੈਣਾ ਆ ਸੂਟ ਨੂੰ ਵੀ ਫੋਲਡ ਕਰ ਲਾਂਗੇ ਇਦਾਂ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੀ ਵੀ ਕਰੀਜ਼ ਬਣਾ ਲਾਂ ਕਿਉਂਕਿ ਜਿਹੜੇ ਸਿਲਕ ਦੇ ਸੂਟ ਹੁੰਦੇ ਆ ਉਹਨਾਂ ਨੂੰ ਆਪਾਂ ਪ੍ਰੈਸ ਦੇ ਨਾਲ ਹੀ ਸੈੱਟ ਕਰ ਸਕਦੇ ਆ ਉਦੋਂ ਅਗਰ ਆਪਾਂ ਸੈੱਟ ਕਰੀਏ ਨਿਸ਼ਾਨੀਆਂ ਲਗਾ ਕੇ ਫਿਰ ਕਿਤੇ ਉਹ ਵਾਝ ਜਾਂਦਾ ਕਿਤੇ ਉਹ ਘਟ ਜਾਂਦਾ ਆ ਇਸ ਕਰਕੇ ਆਪਾਂ ਪ੍ਰੈਸ ਦੇ ਨਾਲ ਇਹਦੀ ਕਰੀਜ਼ ਬਿਠਾ ਲਈ ਹੋਈ ਆ ਹੁਣ ਆਪਾਂ ਕੀ ਕਰਾਂਗੇ ਮਾਰਕਰ ਦੇ ਨਾਲ ਇਹ ਜਿਹੜੀ ਲਾਈਨ ਇਹ ਵੀ ਡਾਰਕ ਕਰ ਦਾਂਗੇ ਠੀਕ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਣਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਆਪਣਾ ਨੈਕ ਰੱਖਣਾ ਹੈ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਬਿਲਕੁਲ ਸੈਂਟਰ ਨਾਲ ਸੈਂਟਰ ਮਿਲਾਉਣਾ ਹੈ ਇੱਥੋਂ ਵੀ ਔਰ نیچے ਵਾਲੀ ਸਾਈਡ ਤੋਂ ਵੀ ਸੈਂਟਰ ਨਾਲ ਸੈਂਟਰ ਮਿਲਾ ਲਿਆ ਹੁਣ ਆਪਾਂ ਦੇਖੋ ਇੱਥੇ ਪਿੰਨਾ ਯੂਜ਼ ਕਰਾਂਗੇ ਦੋ ਪਿੰਨਾ ਲਗਾ ਲੀਆਂ ਨੇ ਮੈਂ ਤੇ ਪਿੰਨਾਲ ਗੌਂਦ ਤੋਂ ਬਾਅਦ ਹੁਣ ਮੈਂ ਡੋਰੀ ਬਣਾ ਕੇ ਰੱਖੀ ਆ ਸਿੰਪਲ ਡੋਰੀ ਤੇ ਉਹ ਆਪਾਂ ਵਿੱਚ ਦੇ ਕੇ ਤੇ ਇਸ ਤਰੀਕੇ ਦੇ ਨਾਲ ਸਲਾਈ ਲਗਾਉਣੀ ਆ ਬਿਲਕੁਲ ਇਦਾਂ ਆਪਾਂ ਸਲਾਈ ਲਗਾਉਣੀ ਆ ਤੇ ਸੈਂਟਰ ਵਿੱਚੋਂ ਇੱਥੋਂ ਆਪਾਂ ਇੱਥੇ ਆਪਾਂ ਇਸ ਤਰੀਕੇ ਨਾਲ ਸਲਾਈ ਲਗਾਉਣੀ ਆ ਬਿਲਕੁਲ ਤਿੱਖੀ ਨੁੱਕਰ ਬਣਾ ਕੇ ਸਲਾਈ ਨਹੀਂ ਲਗਾਉਣੀ ਇਦਾਂ ਸਲਾਈ ਲਗਾਉਣੀ ਆ ਔਰ ਇਦਾਂ ਹੀ ਆਪਾਂ ਨੀਚੇ ਤੱਕ ਸਲਾਈ ਲਗਾ ਲਾਂਗੇ ਹੁਣ ਫਰੈਂਡਸ ਆਪਾਂ ਜਿਹੜੀ ਡੋਰੀ ਬਣਾਈ ਆ ਇਹ ਵੀ ਆਪਾਂ ਅੰਡਰਗਰਾਉਂਡ ਲਗਾਉਣੀ ਆ ਇਦਾਂ ਲਗਾ ਕੇ ਤੇ ਫਿਰ ਆਪਾਂ ਸਲਾਈ ਲਗਾਵਾਂਗੇ ਠੀਕ ਆ ਉੱਪਰੋਂ ਸਲਾਈ ਲੱਗ ਕੇ ਜਾਣੀ ਆ ਇਦਾਂ ਔਰ ਇਤੋਂ ਬਾਅਦ ਆਪਾਂ ਇਹ ਜਿਹੜਾ ਐਕਸਟਰਾ ਕਪੜਾ ਇਹਦੀ ਕਟਿੰਗ ਕਰ ਲੈਣੀ ਆ ਦੇਖੋ ਮੈਂ ਕਟਿੰਗ ਕਰ ਲਈ ਹੋਈ ਆ ਔਰ ਇਹਦੇ ਅੰਦਰ ਸਾਰੇ ਆਪਾਂ ਕੱਟ ਲਗਾਉਣੇ ਆ ਠੀਕ ਹੈ ਪੂਰੇ ਦੇ ਵਿੱਚ ਆਪਾਂ ਕੱਟ ਲਗਾ ਲੈਣੇ ਆ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਪਲਟਣਾ ਆ ਠੀਕ ਹੈ ਦੇਖੋ ਪਲਟਣਾ ਆਪਾਂ ਇਦਾਂ ਆ ਦੇਖੋ ਸੈਂਟਰ ਚੋਂ ਹੀ ਆਪਾਂ ਕਟਿੰਗ ਕਰਤੀ ਆ ਔਰ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਪਲਟ ਲਾਂਗੇ ਠੀਕ ਹੈ ਔਰ ਇਹਦਾ ਅੰਡਰਗਰਾਉਂਡ ਡੋਰੀ ਲਗਾਉਣਾ ਇਹ ਹੁੰਦਾ ਹੈ ਕਿ ਡੋਰੀ ਆਪਣੀ ਬਾਹਰ ਨਹੀਂ ਨਜ਼ਰ ਆਉਂਦੀ ਜੇ ਆਪਾਂ ਪੂਰਾ ਗਲਾ ਬਣਾ ਕੇ ਡੋਰੀ ਨੂੰ ਬਾਅਦ ਵਿੱਚ ਅਟੈਚ ਕਰਦੇ ਆਂ ਫਿਰ ਇੱਕ ਤੇ ਸਲਾਈ ਨਜ਼ਰ ਆਉਂਦੀ ਆ ਔਰ ਬਾਕੀ ਜਿਹੜੀ ਬੈਕ ਸਾਈਡ ਤੋਂ ਵੀ ਗਲੇ ਦੀ ਫਿਨਿਸ਼ਿੰਗ ਨਹੀਂ ਪੂਰੀ ਬਣਦੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਇਸ ਤਰੀਕੇ ਨਾਲ ਸਾਰਿਆਂ ਨੂੰ ਗਲੇ ਨੂੰ ਬੈਕ ਸਾਈਡ ਨੂੰ ਪਲਟਾ ਲੈਣਾ ਹੈ ਔਰ ਇਹਦੇ ਉੱਤੇ ਵੀ ਆਪਾਂ ਇੱਕ ਵਾਰੀ ਪ੍ਰੈਸ ਫੇਰ ਲਾਂਗੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਪਾਂ ਸਲਾਈ ਇਸ ਤਰੀਕੇ ਨਾਲ ਬਾਹਰ ਕੱਢ-ਕੱਢ ਕੇ ਫਿਰ ਆਪਾਂ ਇਹ ਪ੍ਰੈਸ ਲਗਾਉਣੀ ਆ ਸੋ ਫਾਈਨਲ ਲੁੱਕ ਆਪਣੀ ਔਰ ਇੱਥੇ ਆਪਾਂ ਹਜੇ ਲਟਕਣ ਬਣਾ ਕੇ ਲਾਉਣੇ ਆ ਤੇ ਚਲੋ ਫਰੈਂਡਸ ਆਪਾਂ ਲਟਕਣ ਬਣਾ ਲੈਨੇ ਆ ਠੀਕ ਹੈ ਲਟਕਣ ਬਣਾਉਣ ਦੇ ਲਈ ਦੇਖੋ ਮੈਂ ਕਪੜਾ ਲਿਆ ਹੋਇਆ ਹੈ ਸੇਮ ਕਲਰ ਦਾ ਹੀ ਔਰ ਤੁਸੀਂ ਚਾਹੋ ਤਾਂ ਇੱਥੇ ਮੈਚਿੰਗ ਕੋਈ ਕਪੜਾ ਵੀ ਲੈ ਸਕਦੇ ਹੋ ਦੇਖੋ ਮੈਂ ਇਸ ਤਰੀਕੇ ਨਾਲ ਫੋਲਡ ਕਰ ਲਿਆ ਕਪੜੇ ਨੂੰ ਫੇਰ ਫੋਲਡ ਕਰ ਲਿਆ ਔਰ ਇਹਦੇ ਤੇ ਫੇਰ ਇੱਕ ਵਾਰੀ ਪ੍ਰੈਸ ਲਗਾ ਲਈ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇੰਚ ਟੇਪ ਲੈਣਾ ਹੈ ਤੇ ਇੱਥੇ ਆਪਾਂ 4-4 ਇੰਚ ਦੇ ਮਾਰਕਰਨੇ ਦੇਖੋ ਜਿਹੜੀ ਨੁੱਕਰ ਹੈ ਬੰਦ ਵਾਲੀ ਸਾਈਡ ਇੱਥੋਂ ਆਪਾਂ 4-4 ਇੰਚ ਦੇ ਨਿਸ਼ਾਨ ਲਗਾਉਣੇ ਨੇ ਅਗਰ ਤੁਸੀਂ ਛ ਦੇ ਛੋਟਾ ਸਰਕਲ ਬਣਾ ਸਕਦੇ ਹੋ ਮੈਂ 4 4 ਇੰਚ ਦਾ ਇਹ ਸਰਕਲ ਬਣਾਇਆ ਆ ਠੀਕ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਣਾ ਪੂਰਾ ਇਦਾਂ ਰਾਉਂਡ ਬਣ ਗਿਆ ਹੁਣ ਆਪਾਂ ਇਹਨੂੰ ਇੱਕ ਵਾਰੀ ਪ੍ਰੈਸ ਕਰਕੇ ਵਟ ਕੱਢ ਦਾਂਗੇ ਇਹਦੇ ਹੁਣ ਆਪਾਂ ਕੀ ਕਰਨਾ ਆ ਇੱਕ ਪੀਸ ਹੋਰ ਇਸ ਤਰੀਕੇ ਦਾ ਕਟਿੰਗ ਕਰਨਾ ਆ ਦੇਖੋ ਐਸੇ ਕਪੜੇ ਨੂੰ ਆਪਾਂ ਉੱਪਰ ਰੱਖ ਲਿਆ ਤੇ ਇਹਨੂੰ ਪੂਰੇ ਨੂੰ ਰਾਉਂਡ ਵਿੱਚ ਕਟਿੰਗ ਕਰਤਾ ਆਪਾਂ ਦੋ ਲਟਕਣ ਬਣਾਉਣੇ ਆ ਸੋ ਆਪਾਂ ਨੂੰ ਦੋ ਪੀਸ ਚਾਹੀਦੇ ਸੀਗੇ ਤੇ ਦੇਖੋ ਫਰੈਂਸ ਇੱਥੇ ਆਪਾਂ ਕਟਿੰਗ ਕਰਤੀ ਹੁਣ ਆਪਾਂ ਇਹਦਾ ਸੈਂਟਰ ਕਰਨਾ ਹੈ ਮਤਲਬ ਜਿਹੜਾ ਸੈਂਟਰ ਵਿੱਚ ਲਾਈਨ ਹੈ ਇੱਥੋਂ ਵੀ ਆਪਾਂ ਇਹਨੂੰ ਇੱਕ ਵਾਰੀ ਕਟਿੰਗ ਕਰ ਦੇਣਾ ਹੈ ਹੁਣ ਆਪਾਂ ਕੀ ਕਰਨਾ ਹੈ ਫਰੈਂਸ ਇਹਦੀਆਂ ਜਿਹੜੀਆਂ ਆਵਲੀਆਂ ਸਾਈਡਾਂ ਨੇ ਗਲਾਈ ਵਾਲੀਆਂ ਇੱਥੇ ਆਪਾਂ ਸਲਾਈ ਲਗਾਉਣੀ ਆ ਦੋਨਾਂ ਦੇ ਠੀਕ ਹੈ ਦੋਨਾਂ ਦੇ ਸਲਾਈ ਲਗਾ ਲਾਂਗੇ ਤੇ ਦੇਖੋ ਹੁਣ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਪਲਟ ਕੇ ਸਿੱਧਾ ਕਰਨਾ ਆ ਸਿੱਧਾ ਕਰਕੇ ਫੇਰ ਆਪਾਂ ਪ੍ਰੈਸ ਲਗਾਉਣੀ ਆ ਦੇਖੋ ਫਰੈਂਸ ਕਪੜਾ ਸਿਲਕ ਦਾ ਆ ਸੋ ਇਹਦੇ ਵਿੱਚ ਆਪਾਂ ਨੂੰ ਪ੍ਰੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਉਂਕਿ ਜਿਹਨਾਂ ਜਿਹੜੇ ਪ੍ਰੈਸਨਾ ਮਾਰਾਂਗੇ ਇਹਨੇ ਸੈੱਟ ਨਹੀਂ ਹੋਣਾ ਤੋਂ ਬਾਅਦ ਆਪਾਂ ਇਹਦੇ ਉੱਪਰ ਲੈਸ ਲਗਾਵਾਂਗੇ ਲੈਸ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਣੀ ਡੋਰੀ ਲਵਾਂਗੇ ਔਰ ਇਹਨੂੰ ਇਸ ਤਰੀਕੇ ਨਾਲ ਸਿੱਧਾ ਰੱਖ ਕੇ ਇਹਦੇ ਸੈਂਟਰ ਦੇ ਵਿੱਚ ਆਪਾਂ ਇਹ ਵਾਲੀ ਡੋਰੀ ਰੱਖ ਦੇਣੀ ਹੈ ਇਦਾਂ ਇਨਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੇ ਸਲਾਈ ਲਗਾਉਣੀ ਹੈ ਦੇਖੋ ਇੱਥੇ ਆਪਾਂ ਇਸ ਤਰੀਕੇ ਨਾਲ ਡਬਲ ਸਲਾਈ ਲਗਾਵਾਂਗੇ ਇਸ ਤਰੀਕੇ ਨਾਲ ਸਲਾਈ ਲਗਾ ਲਾਂਗੇ ਔਰ ਇਹਨੂੰ ਘਾ ਕੇ ਆਪਾਂ ਕੋਈ ਫੇਰ ਇੱਥੇ ਸਲਾਈ ਲਗਾ ਲਾਂਗੇ ਡਬਲ ਸਲਾਈ ਕਰ ਲਾਂਗੇ ਔਰ ਇਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਸਿੱਧਾ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਸਿੱਧਾ ਕਰਨਾ ਹੈ ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਫਲਫੀ ਇਦਾਂ ਵੀ ਰੱਖ ਸਕਦੇ ਹੋ ਬਟ ਮੈਂ ਇੱਥੇ ਕਰਾਂਗੀ ਪ੍ਰੈਸ ਦੇਖੋ ਇਹ ਜਿਹੜੀ ਸਲਾਈ ਹੈ ਨੂੰ ਬਿਲਕੁਲ ਸੈਂਟਰ ਚ ਕਰਕੇ ਇਹਦੇ ਉੱਤੇ ਇੱਕ ਵਾਰੀ ਆਪਾਂ ਇੱਥੇ ਪ੍ਰੈਸ ਮਾਰ ਲਾਂਗੇ ਔਰ ਪ੍ਰੈਸ ਮਾਰਨ ਤੋਂ ਬਾਅਦ ਦੇਖੋ ਆਪਣੇ ਲਟਕਣ ਕੁਛ ਇਸ ਤਰੀਕੇ ਦੇ ਬਣੇ ਨੇ ਤੁਸੀਂ ਚਾਹੋ ਤਾਂ ਇਹਨੂੰ ਫਲਫੀ ਵੀ ਰੱਖ ਸਕ ਬਾਦਾਂ ਆਪਣੀਆਂ 슬ੀਵਸ ਜਿਹੜੀਆਂ ਰੈਡੀ ਕੀਤੀਆਂ ਨੇ ਉਹ ਵੀ ਆਪਣੇ ਕਮੀਜ਼ ਦੇ ਨਾਲ ਲਗਾ ਲਾਂਗੇ ਔਰ ਆਪਣੀ ਫਿਟਿੰਗ ਦੀ ਸਲਾਈਆਂ ਲਗਾਉਣ ਤੋਂ ਬਾਅਦ ਦੇਖੋ ਆਪਣੇ ਸੂਟ ਦੀ ਫਾਈਨਲ ਲੁੱਕ ਕੁਛ ਇਸ ਤਰੀਕੇ ਦੀ ਬਣੀ ਆ ਠੀਕ ਆ ਬਹੁਤ ਹੀ ਸੋਹਣਾ ਆਪਣਾ ਸੂਟ ਰੈਡੀ ਹੋਇਆ ਸਲੀਵਸ ਬਹੁਤ ਹੀ ਸੋਹਣੀਆਂ ਬਣੀਆਂ ਨੇ ਬੈਕ ਨੈਕ ਤੇ ਡਿਜ਼ਾਈਨ ਪਾਇਆ ਹੈ ਇਸ ਤੋਂ ਬਾਅਦ ਲਾਸਟ ਵਿੱਚ ਮੈਂ ਇਹਦੀਆਂ ਚਾਕਾਂ ਦੇ ਵਿੱਚ ਗੁੰਮ ਲੈਸ ਲਗਾਈ ਸੀ ਜਿਹੜੀ ਲੈਸ ਆਪਾਂ ਬਾਹਾਂ ਤੇ ਲਗਾਈ ਆ ਸੇਮ ਉਹੀ ਲੈਸ ਮੈਂ ਇਹਦੀਆਂ ਚਾਕਾਂ ਦੇ ਵਿੱਚ ਅੰਡਰਗਰਾਉਂਡ ਲਗਾਈ ਆ ਬਹੁਤ ਹੀ ਪਿਆਰਾ ਜਿਹਾ ਬੈਕ ਨੈਕ ਆਪਾਂ ਇਹਦਾ ਬਣਾਇਆ ਆ ਔਰ ਇਹਦੀ ਸਲਵਾਰ ਦੇ ਉੱਪਰ ਹੀ ਪੌਂਚੇ ਤੇ ਕਢਾਈ ਸੀ ਸੋ ਆਪਣਾ ਸੂਟ ਬਹੁਤ ਹੀ ਬਿਊਟੀਫੁਲ ਬਹੁਤ ਹੀ ਸੋਹਣਾ ਸੂਟ ਬਣਿਆ ਆ ਸੋ ਫਰੈਂਡਸ ਤੁਹਾਨੂੰ ਸਾਡਾ ਇਹ ਸੂਟ ਦਾ ਡਿਜ਼ਾਈਨ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾ